ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ 100 ਸਾਖੀ ਵਿੱਚੋਂ 100 ਸਾਖੀ ਕਥਾ ਸਰਵਣ ਕਰਾਂਗੇ। ਅੱਜ ਅਸੀਂ ਪੜ੍ਹਾਂਗੇ ਅਤੇ ਸਮਝਾਂਗੇ ਕਿ ਲੋਕ ਮਰਨ ਤੋਂ ਬਾਅਦ ਭੂਤ ਪ੍ਰੇਤ ਗਧੇ ਇਹਨਾਂ ਦੀਆਂ ਜੂਨਾਂ ਵਿੱਚ ਕਿਉਂ ਪੈ ਜਾਂਦੇ ਨੇ। ਗੁਰੂ ਜੀ ਦਾ ਇਹ ਗਿਆਨ ਅੱਜ ਦੇ ਕਲਯੁੱਗ ਵਿੱਚ ਸਮਝਣਾ ਬਹੁਤ ਹੀ ਜ਼ਰੂਰੀ ਹੈ। ਹੁਣ ਲੋਕਾਂ ਦੇ ਮਨ ਵਿੱਚ ਰੱਬ ਦਾ ਡਰ ਨਹੀਂ ਹੈ, ਉਹ ਨਾਸਤਕ ਹੁੰਦੇ ਜਾ ਰਹੇ ਨੇ। ਆਓ ਜੀ ਆਪਾਂ ਇਹ ਸਾਖੀ ਸਰਵਣ ਕਰਦੇ ਹਾਂ। ਇਹ ਸਾਖੀ 111 ਹੈ। ਸਤਿਗੁਰੂ ਮਹਾਰਾਜ ਜੀ ਨੇ ਕੋਠੇ ਗ੍ਰਾਮ ਵਿੱਚ ਦੀਵਾਨ ਸਜਾਇਆ ਹੋਇਆ ਸੀ। ਉੱਥੇ ਕੋਠਾ ਨਗਰ ਸੀ ਜਿੱਥੇ ਮਹਾਰਾਜ ਗਏ ਨੇ। ਉੱਥੇ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਭਜੰਗੀਆਂ ਨੂੰ ਵੀ ਅੰਮ੍ਰਿਤ ਛਕਾ ਦਿਓ, ਇਹਨਾਂ ਨੂੰ ਅੰਮ੍ਰਿਤ ਦੀ ਦਾਤ ਦਿਓ ਜੀ। ਕਿਉਂਕਿ ਗੁਰੂ ਜੀ ਕੋਲ ਉਸ ਸਮੇਂ ਬਹੁਤ ਸਾਰੇ ਸਿੱਖ ਆਉਂਦੇ ਹੁੰਦੇ ਸੀ ਜੋ ਕਿ ਸਿੰਘ ਬਣਦੇ ਸੀ। ਸਾਰੇ ਕਹਿੰਦੇ ਚਲੋ ਹੁਣ ਅੰਮ੍ਰਿਤ ਛਕੀਏ, 5 ਕਕਾਰ ਪਹਿਨੀਏ, ਸਿੰਘ ਸਜੀਏ। ਕਿਸੇ ਨੇ ਪੁੱਛਿਆ, ਮਹਾਰਾਜ ਜੋ ਲੋਕ ਵੇਸਵਾ ਦਾ ਸੰਗ ਕਰਦੇ ਨੇ ਉਹਨਾਂ ਨਾਲ ਕੀ ਹੁੰਦਾ ਹੈ? ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਘਰ ਧੀ ਹੁੰਦੀ ਹੈ ਉਹ ਉਸਨੂੰ ਬੜੇ ਚਾਅ ਨਾਲ ਵਿਆਹੁੰਦੇ ਨੇ, ਅਤੇ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜਿਹੜੇ ਕਿ ਉਸਨੂੰ ਕੁੱਖਾਂ ਵਿੱਚ ਮਾਰ ਦਿੰਦੇ ਨੇ। ਧੀਆਂ ਦੀ ਗਿਣਤੀ ਘੱਟ ਜਾਂਦੀ ਹੈ, ਇਸ ਕਰਕੇ ਕੁਝ ਨੌਜਵਾਨਾਂ ਦਾ ਵਿਆਹ ਵੀ ਨਹੀਂ ਹੋ ਪਾਉਂਦਾ, ਤਾਂ ਉਹ ਇਸ ਪਾਸੇ ਚਲੇ ਜਾਂਦੇ ਨੇ। ਗੁਰੂ ਜੀ ਕਹਿੰਦੇ ਨੇ ਧੀਆਂ ਨੂੰ ਕੁੱਖ ਵਿੱਚ ਨਹੀਂ ਮਾਰਨਾ ਚਾਹੀਦਾ। ਹੁਣ ਜੇ ਦੇਖਿਆ ਜਾਵੇ ਤਾਂ ਇੱਕ ਪਾਸੇ ਤਾਂ ਮਹਾਰਾਜ ਨੇ ਵਿਆਹ ਦੀ ਗੱਲ ਕੀਤੀ, ਦੂਜੇ ਪਾਸੇ ਉਹ ਧੀ ਨੂੰ ਮਾਰਨ ਦੀ ਗੱਲ ਕਿਉਂ ਕਰ ਰਹੇ ਨੇ? ਕਿਉਂਕਿ ਗੁਰੂ ਨੂੰ ਗਿਆਨ ਬਹੁਤ ਹੁੰਦਾ ਹੈ। ਉਸਨੇ ਬਹੁਤ ਹੀ ਪ੍ਰੇਮ ਨਾਲ ਸਮਝਾਇਆ। ਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਲੋਕ ਬਿਨਾਂ ਆਨੰਦ ਸਾਹਿਬ ਦਾ ਪਾਠ ਪੜ੍ਹੇ ਵਿਆਹ ਰਚਾ ਲੈਂਦੇ ਨੇ ਉਹ ਵੀ ਇੱਕ ਦੋਸ਼ ਹੈ, ਉਹ ਵੀ ਕੁੱਖ ਵਿੱਚ ਧੀ ਮਾਰਨ ਦੇ ਬਰਾਬਰ ਹੀ ਹੁੰਦਾ ਹੈ। ਗੁਰੂ ਜੀ ਉਹਨਾਂ ਨੂੰ ਵੀ ਸ਼ਰਮਿੰਦਾ ਕਰਦੇ ਨੇ। ਇਹ ਕਹਿੰਦੇ ਇਹ ਚੀਜ਼ਾਂ ਜੋ ਹੁੰਦੀਆਂ ਨੇ ਇਹ ਉਸ ਤੋਂ ਵੀ ਵੱਡਾ ਪਾਪ ਹੈ। ਗੁਰੂ ਜੀ ਕਹਿੰਦੇ ਨੇ ਜੋ ਵੀ ਬੰਦਾ ਆਪਣੀ ਧੀ ਨੂੰ ਕੁੱਖ ਵਿੱਚ ਮਰਵਾਵੇਗਾ ਉਹ 100 ਜਨਮ ਕੁੱਤੇ ਦੀ ਜੂਨ ਵਿੱਚ ਪਵੇਗਾ। ਆਪਾਂ ਹਮੇਸ਼ਾ ਕਹਿੰਦੇ ਹਾਂ ਜਦੋਂ ਕੋਈ ਬੰਦਾ ਗਲਤ ਕੰਮ ਕਰਦਾ ਹੈ ਤਾਂ ਉਸਨੂੰ ਕਹਿੰਦੇ ਹਾਂ ਕਿ ਇਹ ਕੁੱਤੇ ਦੀ ਮੌਤ ਮਰੇਗਾ। ਆਪਾਂ ਦੇਖਦੇ ਹਾਂ ਕਿਵੇਂ ਸੜਕਾਂ 'ਤੇ ਕੁੱਤੇ ਮਰ ਜਾਂਦੇ ਨੇ, ਕਈ ਵਾਰੀ ਉਹਨਾਂ ਨੂੰ ਲੋਕ ਲਤਾੜ ਕੇ ਲੰਘ ਜਾਂਦੇ ਨੇ, ਕਈ ਵਾਰੀ ਕੁੱਤਿਆਂ ਦੇ ਕੀੜੇ ਪੈ ਜਾਂਦੇ ਨੇ। ਗੁਰੂ ਜੀ ਕਹਿੰਦੇ ਨੇ ਜੋ ਬੰਦਾ ਆਪਣੀ ਕੁੱਖ ਦੇ ਵਿੱਚ ਆਪਣੀ ਧੀ ਨੂੰ ਮਾਰੇਗਾ ਉਸਦਾ ਜਨਮ ਕੁੱਕਰ ਵਿੱਚ ਹੋਏਗਾ, ਭਾਵ ਕੁੱਤਾ ਜਾਂ ਕੁੱਤੀ ਦੇ ਰੂਪ ਵਿੱਚ ਉਸਦੀ ਅਗਲੀ ਜੂਨ ਹੋਵੇਗੀ। ਅੱਜ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਅਜਿਹੀਆਂ ਲੜਕੀਆਂ ਜੋ ਬਿਊਟੀ ਪਾਰਲਰਾਂ ਦੇ ਵਿੱਚ ਜਾਂਦੀਆਂ ਨੇ, ਉੱਥੇ ਜਾ ਕੇ ਉਹ ਬੜੀਆਂ ਖੁਸ਼ ਹੁੰਦੀਆਂ ਨੇ, ਉਹਨਾਂ ਉਹ ਨਿਤਨੇਮ ਕਰਕੇ ਬਾਣੀ ਪੜ੍ਹ ਕੇ ਖੁਸ਼ ਨਹੀਂ ਹੁੰਦੀਆਂ ਜਿੰਨਾ ਉਹ ਉੱਥੇ ਜਾ ਕੇ ਖੁਸ਼ ਹੁੰਦੀਆਂ ਨੇ। ਕਿਉਂਕਿ ਜਿਸ ਕੋਲ ਬਾਣਾ ਹੈ ਉਸ ਕੋਲ ਬਾਣੀ ਨਹੀਂ, ਅੱਜ ਕੱਲ੍ਹ ਤਾਂ ਸਭ ਦਿਖਾਵਾ ਹੋ ਗਿਆ ਹੈ। ਗੁਰੂ ਸਾਹਿਬ ਨੇ ਕਿਹਾ ਹੈ ਦਿਖਾਵੇ ਵਾਲੇ ਸਿੱਖ ਨਹੀਂ ਬਣਨਾ ਹੈ। ਉਸ ਸਮੇਂ ਕਈ ਬੀਬੀਆਂ ਗੁਰੂ ਜੀ ਦੇ ਦਰਸ਼ਨ ਕਰਨ ਆਈਆਂ ਸੀ, ਉਹਨਾਂ ਦੇ ਹੱਥਾਂ ਵਿੱਚ ਚੂੜੀਆਂ ਪਾਈਆਂ ਹੋਈਆਂ ਸੀ। ਗੁਰੂ ਸਾਹਿਬ ਨੇ ਕਿਹਾ ਭਾਈ ਇਹਨਾਂ ਨੂੰ ਉਤਾਰ ਦਿਓ। ਗੁਰੂ ਜੀ ਕਹਿੰਦੇ ਨੇ ਕਈ ਵਾਰੀ ਕੋਈ ਗਹਿਣਾ ਬੰਦੇ ਦਾ ਵੈਰੀ ਬਣ ਜਾਂਦਾ,
ਕਿਉਂਕਿ ਆਪਾਂ ਅਕਸਰ ਦੇਖਦੇ ਹਾਂ ਕਈ ਵਾਰੀ ਕਿਸੇ ਦੇ ਕੋਈ ਗਹਿਣਾ ਪਾਇਆ ਹੁੰਦਾ ਅਤੇ ਉਸਦੀ ਰਸਤੇ ਵਿੱਚ ਲੁੱਟ ਹੋ ਜਾਂਦੀ ਹੈ ਜਾਂ ਫਿਰ ਚੋਰੀ ਹੋ ਜਾਂਦੀ ਹੈ। ਕਈ ਵਾਰੀ ਆਪਾਂ ਸੋਨਾ ਖਰੀਦਦੇ ਹਾਂ, ਚਾਂਦੀ ਖਰੀਦਦੇ ਹਾਂ ਕਿ ਔਖੇ ਵੇਲੇ ਕੰਮ ਆਊਗਾ। ਮਾੜਾ ਸਮਾਂ ਚੰਗਾ ਬਤੀਤ ਕਰਾਂਗੇ, ਉਹੀ ਆਪਾਂ ਪੈਸੇ ਵਰਤ ਲਾਂਗੇ। ਪਰ ਮਹਾਰਾਜ ਕਹਿੰਦੇ ਨੇ ਕਈ ਵਾਰ ਤਾਂ ਗਹਿਣਾ ਹੀ ਬੰਦੇ ਦਾ ਦੁਸ਼ਮਣ ਹੋ ਜਾਂਦਾ। ਆਪਾਂ ਅਕਸਰ ਦੇਖਦੇ ਹਾਂ ਕਿ ਕਈ ਵਾਰੀ ਕਿਸੇ ਨੂੰ ਕੋਈ ਮਾਰ ਦਿੰਦਾ ਅਤੇ ਸਾਰੇ ਗਹਿਣੇ ਖੋ ਲੈਂਦਾ। ਇਹੀ ਭਾਵ ਹੈ ਕਿ ਕਦੇ ਕਦੇ ਗਹਿਣਾ ਵੀ ਵੈਰੀ ਹੋ ਜਾਂਦਾ। ਗੁਰੂ ਜੀ ਨੇ ਕਿਹਾ ਭਾਈ ਚੂੜੀਆਂ ਉਤਾਰ ਦਿਓ, ਕਿਉਂਕਿ ਇਹ ਗੁਰੂ ਦੀ ਮਰਿਆਦਾ 'ਚ ਨਹੀਂ ਆਉਂਦੇ। ਅੱਜ ਕੱਲ੍ਹ ਆਪਾਂ ਅਕਸਰ ਦੇਖਦੇ ਹਾਂ ਕੁਝ ਬੀਬੀਆਂ ਅੰਮ੍ਰਿਤ ਛਕਣ ਤਾਂ ਜਾਂਦੀਆਂ ਨੇ, ਅੰਮ੍ਰਿਤ ਛੱਕ ਲੈਂਦੀਆਂ ਨੇ, ਉਸ ਸਮੇਂ ਉਹ ਸਾਰੇ ਗਹਿਣੇ ਸਾਰੀਆਂ ਚੀਜ਼ਾਂ ਉਤਾਰ ਦਿੰਦੀਆਂ ਨੇ, ਪਰ ਘਰ ਆ ਕੇ ਉਹ ਵਾਪਸ ਪਹਿਨ ਲੈਂਦੀਆਂ ਨੇ। ਕਈ ਲੋਕ ਅੰਮ੍ਰਿਤ ਛੱਕ ਕੇ ਮੇਕਅਪ ਕਰਦੇ ਨੇ, ਸ਼ਿੰਗਾਰ ਕਰੀ ਜਾਂਦੀਆਂ ਨੇ। ਗੁਰੂ ਸਾਹਿਬ ਨੇ ਉਸ ਸਮੇਂ ਚੂੜੀਆਂ ਉਤਵਾ ਦਿੱਤੀਆਂ ਸੀ। ਉਹਨਾਂ ਨੇ ਕਿਹਾ ਤੁਹਾਨੂੰ ਸਰਬ ਲੋਹ ਦਾ ਕੜਾ ਦਿੱਤਾ ਹੈ, ਅਤੇ ਉਹਨਾਂ ਨੇ ਕਿਹਾ ਇਹ ਜੋ ਚੂੜੀਆਂ ਨੇ ਇਹ ਹਰੀਜਨਾਂ ਦੀਆਂ ਨੇ। ਇੱਥੇ ਹਰੀਜਨ ਤੋਂ ਭਾਵ ਕਿਸੇ ਜਾਤ ਦਾ ਨਾਮ ਨਹੀਂ ਹੈ। ਗੁਰੂ ਜੀ ਨੇ ਕਿਹਾ ਕਿ ਇਹ ਜੋ ਚੂੜੀਆਂ ਨੇ ਇਹ ਭਾਈ ਚੀਜ਼ਾਂ ਕੱਚੀਆਂ ਨੇ, ਤੁਹਾਨੂੰ ਪੱਕੀ ਚੀਜ਼ ਦਿੱਤੀ ਹੈ ਸਰਬ ਲੋਹ ਦਾ ਕੜਾ, ਤੁਸੀਂ ਉਹ ਕਿਉਂ ਨਹੀਂ ਪਾਉਂਦੇ, ਉਹ ਪਾਓ। ਇੱਥੇ ਹਰੀਜਨ ਸ਼ਬਦ ਛੋਟੀ ਸੋਚ ਦਾ ਪ੍ਰਤੀਕ ਹੈ। ਮਹਾਰਾਜ ਨੇ ਛੋਟੀ ਸੋਚ ਰੱਖਣ ਵਾਲਿਆਂ ਨੂੰ ਹਰੀਜਨ ਕਿਹਾ ਹੈ। ਗੁਰੂ ਜੀ ਕਹਿੰਦੇ ਨੇ ਜਿਹੜੇ ਲੋਕ ਚੂੜੀਆਂ ਪਾ ਕੇ ਪ੍ਰਸ਼ਾਦਾ ਬਣਾਉਂਦੇ ਨੇ ਤਾਂ ਖਾਲਸੇ ਨੇ ਉਹਨਾਂ ਦੇ ਹੱਥੋਂ ਪ੍ਰਸ਼ਾਦਾ ਵੀ ਨਹੀਂ ਸਕਣਾ। ਅੱਜ ਕੱਲ੍ਹ ਵੀ ਆਪਾਂ ਅਕਸਰ ਦੇਖਦੇ ਹਾਂ ਕਈ ਮਹਾਂਪੁਰਸ਼ ਕਿਸੇ ਕਿਸੇ ਦੇ ਘਰੋਂ ਹੀ ਪ੍ਰਸ਼ਾਦਾ ਛਕਦੇ ਨੇ, ਭਾਵ ਉਹ ਦੇਖਦੇ ਨੇ ਕਿ ਜਿੱਥੋਂ ਅਸੀਂ ਪ੍ਰਸ਼ਾਦਾ ਛਕ ਰਹੇ ਹਾਂ ਉਹਨਾਂ ਵਿੱਚ ਰਹਿਤ ਮਰਿਆਦਾ ਨਾਂ ਦੀ ਕੋਈ ਚੀਜ਼ ਹੈ ਵੀ ਜਾਂ ਨਹੀਂ। ਜਿਵੇਂ ਆਪਾਂ ਲੱਕੜ ਦੀ ਕਿਸੇ ਮੂਰਤੀ ਨੂੰ ਲਿਬਾਸ ਪਹਿਨਾ ਦੀਏ, ਕੱਪੜੇ ਪਹਿਨਾ ਦੀਏ, ਤਾਂ ਉਹ ਬੰਦੇ ਦਾ ਕੰਮ ਨਹੀਂ ਦੇ ਸਕਦੀ। ਇਸ ਤਰ੍ਹਾਂ ਜੇ ਚੂੜੀਆਂ ਹੋਣਗੀਆਂ ਉਹ ਸਰਬ ਲੋਹ ਦੇ ਕੜੇ ਦੇ ਮੁਕਾਬਲੇ ਕੰਮ ਨਹੀਂ ਕਰ ਸਕਦੀਆਂ। ਮਹਾਰਾਜ ਕਹਿੰਦੇ ਨੇ ਜਿਹੜਾ ਬੰਦਾ ਟੋਪੀ ਪਾਉਂਦਾ ਹੈ ਉਹ ਤਾਂ ਸਿੱਖ ਹੋ ਹੀ ਨਹੀਂ ਸਕਦਾ। ਸਿੱਖ ਦਾ ਕੰਮ ਦਸਤਾਰ ਸਜਾਉਣਾ ਹੈ, ਸ਼ਸਤਰ ਰੱਖਣੇ ਹੈ, ਦਸਤਾਰ ਸਜਾਉਣੀ ਹੈ, ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਉਸ ਸਮੇਂ ਉੱਥੇ ਇੱਕ ਇਸਤਰੀ ਆਈ, ਕਹਿਣ ਲੱਗੀ ਮਹਾਰਾਜ ਮੇਰਾ ਇੱਕੋ ਇੱਕ ਬੇਟਾ ਸੀ, ਇੱਕੋ ਇੱਕ ਪੁੱਤਰ ਸੀ, ਉਹ ਸ਼ਰੀਕਾਂ ਨੇ ਮਾਰ ਦਿੱਤਾ। ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਹਾ ਕਿ ਜਾ ਕੇ ਉਹਨਾਂ ਨੂੰ ਲੈ ਕੇ ਆਓ। ਖਾਲਸੇ ਨੇ ਫਤਿਹ ਬੁਲਾਈ ਅਤੇ ਜਾ ਕੇ ਉਹਨਾਂ ਨੂੰ ਲੈ ਆਏ। ਗੁਰੂ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਦੱਸੋ ਭਾਈ ਇਹਨਾਂ ਦੇ ਬੇਟੇ ਨੂੰ ਕਿਉਂ ਮਾਰਿਆ ਹੈ। ਉਸਨੇ ਕਿਹਾ ਦੇਖੋ ਜੀ ਗੁਰੂ ਜੀ, ਸਾਡੇ ਜੋ ਪਿਤਾ ਜੀ ਸੀ ਉਹਨਾਂ ਨੇ ਦੋ ਵਿਆਹ ਕਰਾਏ, ਇੱਕ ਵਿਆਹ ਦੇ ਅਸੀਂ ਪੰਜ ਪੁੱਤਰ ਹਾਂ, ਦੂਜੀ ਇਹ ਸਾਡੀ ਮਤਰੇਈ ਮਾਂ ਹੈ, ਇਸ ਦੀ ਇੱਕ ਪੁੱਤਰ ਸੀ। ਸਾਡਾ ਫਿਰ ਝਗੜਾ ਹੋ ਗਿਆ। ਇਹ ਝਗੜਾ ਉਦੋਂ ਹੋਇਆ ਜਦੋਂ ਅਸੀਂ ਵੰਡ ਪਾਉਣ ਲੱਗੇ, ਜਦੋਂ ਅਸੀਂ ਹਿੱਸੇ ਪਾਉਣ ਲੱਗੇ। ਉਹਨਾਂ ਨੇ ਕਿਹਾ ਇਹ ਇੱਕ ਪੁੱਤਰ ਵਾਲੀ ਅੱਧਾ ਹਿੱਸਾ ਮੰਗਦੀ ਸੀ। ਫਿਰ ਸਾਡੇ ਵਿੱਚ ਝਗੜਾ ਹੋਇਆ, ਸਾਡੇ ਤੋਂ ਇਸਦਾ ਪੁੱਤਰ ਮਰ ਗਿਆ। ਗੁਰੂ ਜੀ ਕਹਿੰਦੇ ਤੁਸੀਂ ਮਾੜਾ ਕੰਮ ਤਾਂ ਕੀਤਾ ਹੈ, ਤੁਸੀਂ ਇਨਸਾਨ ਨੂੰ ਮਾਰਿਆ ਹੈ, ਇਹ ਬਹੁਤ ਵੱਡਾ ਗੁਨਾਹ ਹੈ, ਅੱਗੇ ਵਾਸਤੇ ਇਹ ਕੰਮ ਨਹੀਂ ਕਰਨਾ। ਗੁਰੂ ਜੀ ਕਹਿੰਦੇ ਨੇ ਭਾਈ ਕੰਮ ਤਾਂ ਗਲਤ ਹੈ, ਪਰ ਜਦੋਂ ਦੂਜੀ ਵਾਰ ਕੋਈ ਸ਼ਾਦੀ ਕਰਦਾ ਹੈ
ਤਾਂ ਪਹਿਲੇ ਵਾਲੇ ਜੋ ਬੱਚੇ ਹੁੰਦੇ ਨੇ ਉਹਨਾਂ ਦਾ ਇੰਨਾ ਹੱਕ ਨਹੀਂ ਰਹਿੰਦਾ। ਤੁਹਾਡੇ ਹੱਥੋਂ ਇਨਸਾਨ ਦਾ ਕਤਲ ਹੋ ਗਿਆ ਵੰਡ ਵੰਡਈਏ ਦੇ ਚੱਕਰ ਵਿੱਚ। ਮਹਾਰਾਜ ਨੇ ਕਈ ਤਰ੍ਹਾਂ ਦੇ ਫੈਸਲੇ ਕਰਾਏ ਸੀ ਉਦੋਂ। ਕੁਝ ਲੋਕ ਜਿਨ੍ਹਾਂ ਦਾ ਫੈਸਲਾ ਸਰਕਾਰਾਂ ਤੋਂ ਨਹੀਂ ਸੀ ਹੁੰਦਾ, ਉਹਨਾਂ ਦਾ ਫੈਸਲਾ ਗੁਰੂ ਸਾਹਿਬ ਕਰਵਾਉਂਦੇ ਸੀ। ਤਾਂ ਉਸ ਸਮੇਂ ਗੁਰੂ ਸਾਹਿਬ ਨੇ ਕਿਹਾ, ਭਾਈ ਗੁਰੂ ਦੇ ਸਿੰਘ ਸਜੋ। ਗੁਰੂ ਜੀ ਨੇ ਕਿਹਾ, ਗਿਆ ਹੋਇਆ ਬੰਦਾ ਵਾਪਸ ਤਾਂ ਨਹੀਂ ਜਾ ਸਕਦਾ, ਆਪਣੇ ਕੋਲ ਵਾਪਸ ਤਾਂ ਨਹੀਂ ਆ ਸਕਦਾ। ਤੁਸੀਂ ਭਾਈ ਆਪਣੀ ਗਲਤੀ ਸੁਧਾਰੋ, ਨੀਵੇਂ ਹੋਵੋ, ਮਾਫ਼ੀ ਮੰਗੋ। ਇਸ ਤੋਂ ਬਾਅਦ ਕਿਸੇ ਨੇ ਪੁੱਛਿਆ ਗੁਰੂ ਸਾਹਿਬ ਜੀ ਤੋਂ, ਬਾਬਾ ਜੀ, ਗੁਰੂ ਜੀ, ਕੋਈ ਇਹਦਾ ਵੀ ਇਲਾਜ ਹੈਗਾ? ਜੇ ਕੋਈ ਸੱਪ ਕਿਸੇ ਬੰਦੇ ਨੂੰ ਲੜ ਜਾਵੇ, ਉਹ ਬਚ ਸਕਦਾ ਹੈ? ਗੁਰੂ ਸਾਹਿਬ ਕਹਿੰਦੇ ਨੇ, ਪਹਿਲਾਂ ਇਹ ਦੇਖੋ ਬੰਦਾ ਸੱਪ ਦੀ ਜੂਨ ਵਿੱਚ ਪੈਂਦਾ ਹੀ ਕਿਉਂ ਹੈ। ਗੁਰੂ ਜੀ ਕਹਿੰਦੇ ਨੇ, ਜੋ ਆਖਰੀ ਸਮੇਂ ਦੇ ਵਿੱਚ ਧਨ ਦੌਲਤ ਨੂੰ ਯਾਦ ਕਰਦਾ ਹੈ, ਉਹ ਸੱਪ ਦੀ ਜੂਨ ਵਿੱਚ ਪੈਂਦਾ ਹੈ। ਮਰਨ ਸਮੇਂ ਜਾਂ ਮਰਨ ਤੱਕ ਜੋ ਵੀ ਮਾਇਆ ਨੂੰ ਚੇਤੇ ਕਰਦਾ ਹੈ, ਉਹ ਤਾਂ ਸੱਪ ਦੀ ਜੂਨ 'ਚ ਹੀ ਪਏਗਾ। ਫਿਰ ਮਹਾਰਾਜ ਨੇ ਇਲਾਜ ਦੱਸਿਆ। ਗੁਰੂ ਜੀ ਨੇ ਕਿਹਾ, ਜੇ ਕਿਸੇ ਨੂੰ ਸੱਪ ਲੜੇ, 2 ਤੋਲੇ ਨਿਸ਼ਾਦਰ ਪੀਸ ਕੇ ਪਾਣੀ ਦੇ ਵਿੱਚ ਮਿਲਾ ਕੇ ਉਸਨੂੰ ਦੇ ਦਿਓ, ਉਸਨੂੰ ਦਸਤ ਲੱਗ ਜਾਣਗੇ, ਜ਼ਹਿਰ ਨਿਕਲ ਜਾਏਗੀ। ਫਿਰ ਉਸਨੂੰ ਘਿਓ ਪਿਲਾ ਦਿਓ, 1 ਵਾਰ ਨਹੀਂ, 2 ਵਾਰ ਨਹੀਂ, ਕਈ ਵਾਰ। ਫਿਰ ਸੰਗਤਾਂ ਨੇ ਕਿਹਾ, ਮਹਾਰਾਜ, ਆਪ ਜੀ ਨੇ ਬਹੁਤ ਕਿਰਪਾ ਕੀਤੀ ਹੈ, ਬਹੁਤ ਚੰਗੇ ਉਪਦੇਸ਼ ਦਿੱਤੇ ਨੇ। ਫਿਰ ਕਿਸੇ ਨੇ ਕਿਹਾ, ਮਹਾਰਾਜ, ਸਾਡੇ ਤੋਂ ਇੰਨੀ ਇੰਨੀ ਬਾਣੀ ਪੜ੍ਹੀ ਨਹੀਂ ਜਾਂਦੀ। ਜਿਨ੍ਹਾਂ ਨੂੰ ਤਾਂ ਬਾਣੀ ਕੰਠ ਹੈ, ਉਹ ਤਾਂ ਪੜ੍ਹ ਲੈਂਦੇ ਨੇ, ਪਰ ਸਾਨੂੰ ਤਾਂ ਬਾਣੀ ਯਾਦ ਹੀ ਨਹੀਂ ਹੁੰਦੀ। ਸਾਡੇ ਤੋਂ ਇੰਨੀ ਬਾਣੀ ਨਹੀਂ ਪੜ੍ਹੀ ਜਾਂਦੀ, ਇਹ ਤਾਂ ਤੁਸੀਂ ਹੀ ਪੜ੍ਹ ਸਕਦੇ ਹੋ। ਗੁਰੂ ਜੀ ਕਹਿੰਦੇ ਨੇ, ਭਾਈ, ਜੇ ਤੁਹਾਨੂੰ ਜ਼ਿਆਦਾ ਕੰਮ ਧੰਦੇ ਨੇ, ਤੁਸੀਂ 5 ਦਿਨਾਂ ਵਿੱਚ ਵੀ ਪੂਰਾ ਕਰ ਸਕਦੇ ਹੋ। ਇਹ ਗੁਰੂ ਜੀ ਨੇ ਬਾਣੀ ਨੂੰ ਜੋੜਨ ਦੇ ਲਈ ਬੋਲਿਆ ਸੀ ਕਿ ਕਿਵੇਂ ਕੋਈ ਬੰਦਾ ਬਾਣੀ ਨਾਲ ਜੁੜ ਸਕਦਾ ਹੈ। ਫਿਰ ਕਿਸੇ ਨੇ ਕਿਹਾ, ਗੁਰੂ ਜੀ, ਦਰਖਤ ਪੁੱਟਦੀ ਏ? ਗੁਰੂ ਜੀ ਨੇ ਕਿਹਾ, ਦਰਖਤ ਤਾਂ ਧਰਤੀ ਦੀ ਸ਼ਾਨ ਵਧਾਉਂਦੇ ਨੇ, ਸੁੰਦਰ ਲੱਗਦੇ ਨੇ, ਪਰ ਜੋ ਇਹ ਕਿੱਕਰਾਂ ਨੇ ਜਿਨ੍ਹਾਂ ਵਿੱਚੋਂ ਵੋ ਆਉਂਦੀ ਹੈ, ਇਹਨਾਂ ਨੂੰ ਤੁਸੀਂ ਪੱਟ ਦਿਓ। ਗੁਰੂ ਜੀ ਨੇ ਕਿਹਾ, ਦੇਸੀ ਕਿੱਕਰ ਬਹੁਤ ਪਵਿੱਤਰ ਹੈ, ਇਸ ਦੀ ਦਾਤਣ ਨਾਲ ਬੰਦੇ ਦਾ ਮੁੱਖ ਪਵਿੱਤਰ ਹੋ ਜਾਂਦਾ, ਇਹ ਤਾਂ ਗੁਲਾਬ ਹੈ। ਗੁਰੂ ਜੀ ਕਹਿੰਦੇ, ਹਮੇਸ਼ਾ ਧਿਆਨ ਰੱਖੋ ਕਿਹੜੀ ਚੀਜ਼ ਪੁੱਟਣੀ ਹੈ, ਕਿਹੜੀ ਚੀਜ਼ ਰੱਖਣੀ ਹੈ, ਇਹ ਨਾ ਹੋਵੇ ਚੰਗੀਆਂ ਚੀਜ਼ਾਂ ਨੂੰ ਪੱਟੀ ਜਾਓ। ਫਿਰ ਗੁਰੂ ਜੀ ਕੋਲ ਕਾਬਲ ਤੋਂ ਚੱਲ ਕੇ ਸੰਗਤ ਆਈ। ਉਹਨਾਂ ਨੇ ਕਿਹਾ, ਧਰਮ ਸ਼ਾਸਤਰ ਵਿਜੇ ਮੁਕਤ ਦਾ ਉਤਾਰਾ ਕਰ ਲਈਏ। ਗੁਰੂ ਜੀ ਨੇ ਕਿਹਾ, ਇਸ ਦਾ ਉਤਾਰਾ 1943 ਦੇ ਬਾਅਦ ਵਿੱਚ ਹੋਏਗਾ, ਘਰ ਘਰ ਵਿੱਚ ਪਾਠ ਹੋਇਆ ਕਰੇਗਾ। ਬੀਬੀਆਂ ਨੇ ਬੇਨਤੀ ਕੀਤੀ, ਮਹਾਰਾਜ, ਸਾਡੇ ਖਾਵੰਦ ਪਤੀ ਤੁਰਕਾਂ ਨੇ ਮਾਰ ਦਿੱਤੇ। ਉਹਨਾਂ ਨੇ ਪੁੱਛਿਆ, ਗੁਰੂ ਜੀ, ਅਸੀਂ ਯੁੱਧ ਕਰ ਸਕਦੇ ਹਾਂ? ਗੁਰੂ ਜੀ ਨੇ ਕਿਹਾ, ਤੁਸੀਂ ਅੰਮ੍ਰਿਤ ਛਕੋ ਅਤੇ ਯੁੱਧ ਕਰ ਲਓ, ਸਿੰਘਾਂ ਦਾ ਰੂਪ ਧਾਰੋ, ਤੁਸੀਂ ਕਾਠੀਆਂ 'ਤੇ ਸਵਾਰ ਹੋ ਕੇ ਸ਼ਸਤਰ ਪਹਿਨ ਕੇ ਭਾਈ ਉਹਨਾਂ ਦਾ ਸਾਹਮਣਾ ਕਰੋ। ਹੁਕਮ ਮੰਨ ਕੇ ਉਹਨਾਂ ਨੇ ਅੰਮ੍ਰਿਤ ਛਕਿਆ ਅਤੇ ਗੁਰੂ ਦੀਆਂ ਫੌਜਾਂ ਬਣ ਗਈਆਂ। ਉਹਨਾਂ ਨੇ ਸਭ ਨੂੰ ਘੇਰ ਘੇਰ ਕੇ ਮਾਰਿਆ। ਗੁਰੂ ਜੀ ਨੇ ਡਰਿਆਂ ਹੋਇਆਂ ਨੂੰ, ਸਹਿਮਿਆਂ ਨੂੰ ਸ਼ੇਰ ਵਾਲਾ ਦਿਲ ਦਿੱਤਾ। ਉਸ ਸਮੇਂ ਮਾਝੇ ਦੇ ਮਝੈਲ, ਮਾਲਵੇ ਦੇ, ਸਾਰੇ ਪੰਜਾਬ ਦੇ ਵਿੱਚ ਕੋਨੇ ਕੋਨੇ ਤੋਂ ਆ ਕੇ ਸਾਰੇ ਸਿੰਘ ਸਜੇ ਅਤੇ ਕੁਰਬਾਨੀਆਂ ਹੋਈਆਂ
ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਾਣਿਆ ਕਿ ਜਿਹੜੇ ਲੋਕ ਮਰਨ ਸਮੇਂ ਮਾਇਆ ਦਾ ਖਿਆਲ ਕਰਦੇ ਨੇ, ਉਹ ਮਾਇਆ ਦਾ ਖਿਆਲ ਕਰਨ ਕਰਕੇ ਸੱਪ ਦੀ ਜੂਨੀ ਵਿੱਚ ਪੈਂਦੇ ਨੇ, ਅਤੇ ਜਿਹੜੇ ਲੋਕ ਧੀਆਂ ਨੂੰ ਭੁੱਖ ਵਿੱਚ ਮਾਰਦੇ ਨੇ ਉਹ 100 ਜੂਨੀ ਕੁੱਤੇ ਦੇ ਜੂਨਾਂ ਵਿੱਚ ਪੈਂਦੇ ਨੇ, ਅਤੇ ਜਿਹੜੇ ਲੋਕ ਚੂੜੀਆਂ ਪਹਿਨਦੇ ਨੇ ਉਹਨਾਂ ਨੂੰ ਗੁਰੂ ਜੀ ਸਿੱਖ ਨਹੀਂ ਮੰਨਦੇ। ਅਤੇ ਗੁਰੂ ਜੀ ਨੇ ਟੋਪੀ ਪਾਉਣ ਵਾਲਿਆਂ ਨੂੰ ਵੀ ਕਿਹਾ ਹੈ ਭਾਈ ਦਸਤਾਰ ਸਜਾਓ। ਇਸ ਵੀਡੀਓ ਦੇ ਵਿੱਚ ਸਾਨੂੰ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ, ਕਿਵੇਂ ਗੁਰੂ ਜੀ ਸਭ ਨੂੰ ਉਪਦੇਸ਼ ਦਿੰਦੇ ਨੇ, ਸਾਰਿਆਂ ਨੂੰ ਉਹਨਾਂ ਦੇ ਕੀਤੇ ਹੋਏ ਕਰਮ ਦੀ ਭੁੱਲ ਬਖਸ਼ਾਉਣ ਲਈ ਬਾਣੀ ਨਾਲ ਜੁੜਨ ਵਾਸਤੇ ਕਹਿੰਦੇ ਨੇ। ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਧੰਨਵਾਦ।